ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਮੁੱਚਾ ਭਾਵ ਹੈ ਉਹ ਇਹ ਹੈ ਕਿ ਸੰਸਾਰ ਦੇ ਲੋਕਾਂ ਨੂੰ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਜੋੜਨਾ ਕਿਉਂਕਿ ਜੇ ਆਪਾਂ ਕਹੀਏ ਉਦੋਂ ਪਹਿਲਾਂ ਕੀ ਚੱਲਦਾ ਸੀ ਲੋਕ ਕਿਹਦੇ ਨਾਲ ਜੁੜੇ ਹੋਏ ਸਨ ਤਾਂ ਸਤਿਗੁਰੂ ਕਬੀਰ ਜੀ ਨੇ ਕਿਹਾ ਗਲੀਆਂ ਜਿਨ੍ਹਾਂ ਜਪ ਮਾਲੀਆਂ ਰੋਟੇ ਹੱਥ ਨਭਗ ਇਹ ਹਰ ਕੇ ਸੰਤਨ ਆਖੀਏ ਬਾਨਾਰਸ ਕੇ ਠਗ ਤੋ ਇਹ ਦੋ ਪਹਿਲਾਂ ਜੋ ਸੰਤਪੁਣਾ ਚੱਲ ਰਿਹਾ ਸੀ ਸਾਧਪੁਣਾ ਚੱਲ ਰਿਹਾ ਸੀ ਜੋ ਮਨਉਤਾਂ ਮਨ ਚੱਲ ਰਹੀਆਂ ਸਨ ਉਹਨਾਂ ਨੂੰ ਤਾਂ ਰਿਜੈਕਟ ਕਰ ਦਿੱਤਾ ਕਬੀਰ ਸਾਹਿਬ ਨੇ ਹੀ ਰਿਜੈਕਟ ਕਰ ਦਿੱਤਾ ਕਿ ਇਹ ਸੰਤ-ਸੰਤ ਕੋਈ ਨਹੀਂ ਹੈਗੇ ਇਹ ਬਨਾਰਸ ਦੇ ਠੱਗ ਨੇ ਤੇ ਆਪ ਲੇਕਿਨ ਉਹ ਅੱਜ ਵੀ ਤੁਰੇ ਫਿਰਦੇ ਨੇ ਅੱਜ ਵੀ ੜਾਰਾਂ ਦੀਆਂ ੜਾਰਾਂ ਤੁਰੀਆਂ ਫਿਰਦੀਆਂ ਨੇ ਤੋ ਬੰਨਦਾ ਉੱਥੇ ਹੀ ਲਾਤਾ ਸੀ ਮਹਾਪੁਰਸ਼ਾਂ ਨੇ ਕਬੀਰ ਸਾਹਿਬ ਨੇ ਇੱਕ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਆਰਾਧ ਕੇ ਮੰਨ ਕੇ ਆਪਣਾ ਸਭ ਕੁਝ ਮੰਨ ਕੇ ਇਨਾ ਸਾਰਿਆਂ ਨੂੰ ਰਿਜੈਕਟ ਕਰ ਦਿੱਤਾ ਸੀ ਲੇਕਿਨ ਇਸ ਦੇ ਬਾਵਜੂਦ ਵੀ ਅੱਜ ਕਿਉਂ ਤੁਰੇ ਫਿਰਦੇ ਜਗ੍ਹਾ ਜਗ੍ਹਾ ਮਨਉਤਾਂ ਹੋ ਰਹੀਆਂ ਨੇ ਡੇਰੇ ਨੇ ਬਾਬੇ ਨੇ ਹੋਰ ਸਾਧਨ ਸੰਤ ਲੋਕ ਤੁਰੇ ਫਿਰਦੇ ਨੇ ਤੋ ਉਹ ਜਿਹੜੀ ਥਿਉਰੀ ਸੀ ਉਹ ਉਦੋਂ ਹੀ ਰੱਦ ਹੋ ਗਈ ਜਦੋਂ ਕਬੀਰ ਨੇ ਕਹਿ ਦਿੱਤਾ ਕਿ ਇਹ ਬਾਨਾਰਸ ਕੇ ਠੱਗ ਜੇ ਉਹ ਉਦੋਂ ਉਹਨਾਂ ਸਾਧਾਂ ਸੰਤਾਂ ਤੇ ਸਾਧੂਆਂ ਠੱਗਾਂ ਤੇ ਉਹ ਗੱਲ ਲਾਗੂ ਹੁੰਦੀ ਸੀ ਤਾਂ ਅੱਜ ਵੀ ਲਾਗੂ ਆ ਉਹ ਜੋ ਗਲਤ ਨਹੀਂ ਹੋ ਗਈ ਜੋ ਕਬੀਰ ਸਾਹਿਬ ਨੇ 600 ਸਾਲ ਪਹਿਲਾਂ ਕਹਿਤਾ ਉਹ ਸਿਧਾਂਤ ਅੱਜ ਵੀ ਚੱਲ ਰਿਹਾ ਅੱਜ ਉਹ ਕਿਉਂਕਿ ਰਿਜੈਕਟ ਨਹੀਂ ਹੋ ਸਕਦਾ ਬਾਣੀ ਨੂੰ ਕੋਈ ਰਿਜੈਕਟ ਨਹੀਂ ਕਰ ਸਕਦਾ ਹੈ ਕਬੀਰ ਦੀ ਗੱਲ ਨੂੰ ਕੋਈ ਰਿਜੈਕਟ ਨਹੀਂ ਕਰ ਸਕਦਾ ਜੇ ਉਹ ਉਦੋਂ ਕਹਿ ਸਕਦੇ ਨੇ ਇਹ ਇਹ ਹਰ ਕੇ ਸੰਤ ਨ ਆਖੀਏ ਬਾਨਾਰ ਸਕੇ ਠੱਗ ਇੱਕ ਸਿਧਾਂਤ ਇਹ ਗੱਲ ਅੱਜ ਦੇ ਲੋਕਾਂ ਤੇ ਵੀ ਇਹਨਾਂ ਤੇ ਲਾਗੂ ਹੁੰਦੀ ਹੈ ਰੱਬ ਨੂੰ ਪਾਉਣ ਦੀਆਂ ਸਾਰੀਆਂ ਹੀ ਵਿਧੀਆਂ ਤੇ ਕਾਂਟਾ ਫੇਰ ਰਹੇ ਨੇ ਸਤਿਗੁਰੂ ਦਾ ਜੀ ਮਹਾਰਾਜ ਅਸੀਂ ਕਿਤੇ ਵੀ ਜਾਂਦੇ ਆ ਚਾਹੇ ਡੇਰਿਆਂ ਤੇ ਸਾਨੂੰ ਕਹਿੰਦੇ ਨੇ ਜੇ ਆਓ ਚੱਲੋ ਉੱਥੇ ਸਾਡੇ ਜਿਹੜੇ ਮਹਾਰਾਜ ਨੇ ਉਹ ਰੱਬ ਦੇ ਦਰਸ਼ਨ ਕਰਾਉਂਦੇ ਨੇ ਉਹ ਰੱਬ ਨੂੰ ਦਿਖਾਉਂਦੇ ਨੇ ਉਹਨਾਂ ਦੇ ਮੂਹਰੇ ਹੱਥ ਜੋੜ ਦਿਆ ਕਰੋ ਕਿ ਭਾਈ ਸਾਨੂੰ ਕੋਈ ਲੋੜ ਨਹੀਂ ਸਤਿਗੁਰੂ ਸਤਿਗੁਰੂ ਰਾਜ ਜੀ ਨੇ ਪਹਿਲੇ ਸ਼ਬਦ ਦੇ ਵਿੱਚ ਹੀ ਸ੍ਰੀ ਰਾਗ ਦੇ ਵਿੱਚ ਸਾਨੂੰ ਸਮਝਾ ਦਿੱਤੀ ਗੱਲ ਹੈ ਕਿ ਉਹ ਰੱਬ ਸਾਡੇ ਕੋਲ ਹੀ ਹੈ ਉਹ ਦੂਰ ਨਹੀਂ ਹੈ ਤੇ ਫਰਕ ਕੀ ਹੈ ਫਰਕ ਸਿਰਫ ਇੰਨਾ ਹੈ ਕਿ ਉਹ ਸਾਡੀ ਸੁਰਤ ਦੇ ਵਿੱਚ ਨਹੀਂ ਹੈ ਸਾਡੇ ਧਿਆਨ ਦੇ ਵਿੱਚ ਨਹੀਂ ਆ ਉਹ ਸਾਡੇ ਖਿਆਲਾਂ ਦੇ ਵਿੱਚ ਨਹੀਂ ਹੈ ਸਾਡੀ ਸੁਰਤ ਵਿੱਚ ਕੀ ਆ ਖਿਆਲਾਂ ਦੇ ਵਿੱਚ ਕੀ ਆ ਪੀਰਾਂ ਦੀ ਜਗਾ ਮੂਰਤੀਆਂ ਦੇਵੀਆਂ ਦੀਆਂ ਡੇਰਿਆਂ ਵਾਲੇ ਬਾਬੇ ਜਾਂ ਹੋਰ ਵੀ ਅਸੀਂ ਜਿੱਥੇ-ਜਿੱਥੇ ਜਾਣੇ ਆ ਸਾਡੀ ਸੁਰਤ ਦੇ ਵਿੱਚ ਇਹ ਨੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਫਿਰ ਉਹ ਅੱਗੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਸੋਨਾ ਸੋਨਾ আর سونے ਦੇ ਗਹਿਣੇ ਦੋ ਚੀਜ਼ਾਂ ਹੋ ਗਈਆਂ ਇੱਕ ਸੋਨਾ ਹੋ ਗਿਆ ਇੱਕ سونے ਦੇ ਗਹਿਣੇ ਹੋ ਗਏ ਪਰ ਉਹਨਾਂ 'ਚ ਫਰਕ ਕੋਈ ਨਹੀਂ ਹੈ سونے ਦੇ ਵਿੱਚ ਗਹਿਣੇ ਨੇ ਗਹਿਣਿਆਂ ਵਿੱਚ ਸੋਨਾ ਹੈ ਇਸੇ ਤਰ੍ਹਾਂ ਅਸੀਂ ਰੱਬ ਵਿੱਚ ਹਾਂ ਰੱਬ ਸਾਡੇ ਵਿੱਚ ਹੈ ਅੰਤਰ ਕੈਸਾ ਕਾਨਕ ਕਟਕ ਜਲਤਰੰਗ ਜੈਸਾ ਜਿਸ ਤਰ੍ਹਾਂ ਪਾਣੀ ਦੇ ਉੱਤੇ ਲਹਿਰਾਂ ਚਲਦੀਆਂ ਨੇ ਪਾਣੀ আর ਲਹਿਰਾਂ ਇੱਕ ਚੀਜ਼ ਨੇ ਲਹਿਰ ਪਾਣੀ ਵਿੱਚੋਂ ਹੀ ਲਹਿਰਾਂ ਪੈਦਾ ਹੋਈਆਂ ਨੇ ਪਾਣੀ আর ਲਹਿਰਾਂ ਵੱਖ-ਵੱਖ ਨਹੀਂ ਹਨ ਸਾਨੂੰ ਦੇਖਣ ਨੂੰ ਲੱਗਦੀਆਂ ਨੇ ਜਿਸ ਤਰ੍ਹਾਂ ਸੋਨਾ ਤੇ ਗਹਿਣੇ ਗਹਿਣੇ ਤੇ ਸੋਨਾ ਇੱਕ ਹੀ ਚੀਜ਼ ਹੈ ਇਸੇ ਤਰ੍ਹਾਂ ਲਹਿਰਾਂ ਤੇ ਸਮੁੰਦਰ ਪਾਣੀ ਤੇ ਲਹਿਰਾਂ ਲਹਿਰਾਂ ਤੇ ਪਾਣੀ ਇੱਕ ਹੀ ਚੀਜ਼ ਹਨ ਇਸੇ ਤਰ੍ਹਾਂ ਜੋ ਮਨੁੱਖ ਹੈ ਅਸੀਂ ਜੋ ਜੀਵ ਹਾਂ ਉਹ ਵੀ ਅਸੀਂ ਉਹਦੇ ਨਾਲੋਂ ਵੱਖ ਨਹੀਂ ਹਾਂ ਕਿਉਂਕਿ ਸਾਡਾ ਹੋਣਾ ਉਹਦੇ ਤੇ ਨਿਰਪਰ ਕਰਦਾ ਹੈ ਜੇ ਉਹ ਹੈ ਤਾਂ ਅਸੀਂ ਹਾਂ ਜੇ ਉਹ ਨਾ ਹੁੰਦਾ ਤਾਂ ਅਸੀਂ ਕਿਵੇਂ ਹੁੰਦੇ ਸਾਡਾ ਹੋਣਾ ਉਹਦੇ ਤੇ ਨਿਰਪਰ ਹੈ ਜਦੋਂ ਧਿਆਨ ਮਾਰੋ ਸਾਡੀ ਸੂਰਤ ਦੇ ਵਿੱਚ ਕੀ ਆ ਹਰ ਕੋਈ ਬੰਦਾ ਕੱਲਾ ਕੱਲਾ ਧਿਆਨ ਮਾਰੇ ਤਾਂ ਸਾਡੀ ਸੂਰਤ ਦੇ ਵਿੱਚ ਰੱਬ ਤਾਂ ਹੀ ਨਹੀਂਗਾ ਸਾਡੀ ਸੂਰਤ ਦੇ ਵਿੱਚ ਕਿਸੇ ਦੇ ਕੋਈ ਡੇਰਾ ਹੈ ਕਿਸੇ ਦੇ ਕੋਈ ਪੀਰ ਦੀ ਜਗਾ ਕਿਸੇ ਦੇ ਕੋਈ ਦੇਵੀ ਦੀ ਮੂਰਤੀ ਹੈ ਕਿਸੇ ਦੇ ਕੋਈ ਹੋਰ ਮਠਿਆਨੇ ਨੇ ਮਾਤਾ ਦੇ ਬਣੇ ਹੋਏ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਸੁਰਤ ਤਾਂ ਸਾਡੀ ਇੰਨਾਂ ਚੀਜ਼ਾਂ ਨਾਲ ਭਰੀ ਪਈ ਆ ਜਿਸ ਸੁਰਤ ਦੇ ਵਿੱਚ ਜਿਸ ਸੰਘਾਸ਼ਨ ਦੇ ਉੱਤੇ ਆ ਕੇ ਪ੍ਰਮਾਤਮਾ ਨੇ ਬਹਿਣਾ ਸੀ ਉੱਥੇ ਅਸੀਂ ਹੋਰ-ਹੋਰ ਚੀਜ਼ਾਂ ਬਿਠਾਈਆਂ ਹੋਈਆਂ ਨੇ ਤੋ ਇਸ ਕਰਕੇ ਜਿਵੇਂ-ਜਿਵੇਂ ਅਸੀਂ ਇਹਨਾਂ ਨੂੰ ਆਪਣੀ ਸੁਰਤ ਦੇ ਵਿੱਚੋਂ ਕੱਢਦੇ ਚਲੇ ਜਾਵਾਂਗੇ ਤੇ ਉੰਤੋਂ ਅਸੀਂ ਰੱਬ ਦੇ ਨੇੜੇ ਚਲੇ ਜਾਵਾਂਗੇ ਇੱਕ ਗੱਲ ਜੋ ਹੈ ਗੁਰਬਾਣੀ ਦੀ ਸਾਨੂੰ ਸਮਝਣੀ ਪਊਗੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਮਹਾਪੁਰਸ਼ ਬੈਠੇ ਹਨ ਉਹਨਾਂ ਨੇ ਆਪਣੇ ਆਪ ਨੂੰ ਵਡਿਆਇਆ ਨਹੀਂ ਹੈ ਆਪਣੀ ਉਪਮਾ ਤਾਂ ਬਿਲਕੁਲ ਹੀ ਨਹੀਂ ਕਰਾਈ ਹੈ ਇਥੋਂ ਤੱਕ ਕਿ ਜਿਵੇਂ ਬਾਬਾ ਨਾਨਕ ਨੇ ਆਪਣੇ ਆਪ ਨੂੰ ਦਾਸ ਕਿਹਾ ਹੈ ਦਾਸ ਤੋਂ ਥੱਲੇ ਹੋਰ ਕੋਈ ਨੀਵੀਂ ਜਗ੍ਹਾ ਨਹੀਂ ਹੈ ਆਪਣੇ ਆਪ ਨੂੰ ਨੀਚ ਕਿਹਾ ਹੈ ਔਗਣਹਾਰ ਕਿਹਾ ਹੈ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਪ੍ਰਮੋਟ ਨਹੀਂ ਸੀ ਕਰਨਾ ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਆਪਣੀ ਪੂਜਾ ਨਹੀਂ ਸੀ ਕਰਾਉਣੀ ਉਹਨਾਂ ਨੇ ਜੋੜਨਾ ਸੀ ਰੱਬ ਦੇ ਨਾਲ ਇੱਕ ਨਾਲ ਇੱਕ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਇਸ ਕਰਕੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਉਹ ਏਕੇ ਤੋਂ ਸ਼ੁਰੂ ਹੁੰਦੀ ਹੈ ਇੱਕ ਦੇ ਨਾਲ ਜੋੜਨਾ ਸੀ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਧੀਆ ਰਮਾਲੇ ਚੜਾ ਦੇਣੇ ਜਾਂ ਹੋਰ ਬਹੁਤ ਸਾਰੀ ਮਾਇਆ ਦੇ ਦੇਣੀ ਹੀ ਸੇਵਾ ਨਹੀਂ ਹੈ ਅਸਲ ਸੇਵਾ ਜੋ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰੂ ਦੀ ਅਸਲ ਸੇਵਾ ਹੈ ਉਹਦੇ ਸ਼ਬਦ ਦੀ ਵਿਚਾਰ ਕਰਨੀ ਪਾਠ ਕਰਨਾ ਤੇ ਉਸ ਤੋਂ ਬਾਅਦ ਉਹਨੂੰ ਵਿਚਾਰਨਾ ਇਹ ਹੈ ਗੁਰੂ ਦੀ ਸੇਵਾ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੋਂ ਇਸ ਕਰਕੇ ਸਤਗੁਰ ਕੋ ਸਭ ਕੋ ਦੇਖਦਾ ਦੇਤਾ ਜਗਤ ਸੰਸਾਰ ਦਿੱਥੇ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ ਸੋ ਜੋ ਸਾਨੂੰ ਫਾਇਦਾ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਿਰਫ ਪੜਨ ਤੋਂ ਨਹੀਂ ਹੋਣਾ ਹੈ ਸਾਨੂੰ ਜਿੰਨਾ ਚਿਰ ਅਸੀਂ ਉਹਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਹਨਾਂ ਚਿਰ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈ